ਪੰਜਾਬ ਦੇ ਵਿੱਚ ਜਿੱਥੇ ਕਿ ਘੁੰਮ ਰਹੇ ਆਵਾਰਾ ਪਸ਼ੂਆਂ ਦੇ ਕਾਰਨ ਹਰ ਰੋਜ਼ ਐਕਸੀਡੈਂਟ ਵਰਗੀਆਂ ਵੱਡੀਆਂ ਘਟਨਾਵਾਂ ਹੁੰਦੀਆਂ ਨੇ, ਉੱਥੇ ਹੀ ਹੁਣ ਆਵਾਰਾ ਪਸ਼ੂਆਂ ਤੋਂ ਤੰਗ ਆਏ ਫਿਰੋਜ਼ਪੁਰ ਦੇ ਕਿਸਾਨਾਂ ਨੇ ਸਾਰੇ ਪਸ਼ੂਆਂ ਨੂੰ ਇਕੱਠਾ ਕਰਕੇ ਫਿਰੋਜ਼ਪੁਰ ਦੇ ਡੀਸੀ ਦਫ਼ਤਰ ਦੇ ਬਾਹਰ ਛੱਡ ਦਿੱਤਾ। ਉੱਥੇ ਹੀ ਪਹੁੰਚੇ ਇਹਨਾਂ ਕਿਸਾਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਕਾਫੀ ਵਾਰ ਬੇਨਤੀ ਕੀਤੀ ਸੀ ਕਿ ਇਹ ਆਵਾਰਾ ਪਸ਼ੂ ਸਾਡੀਆਂ ਫਸਲਾਂ ਦਾ ਨੁਕਸਾਨ ਕਰਦੇ ਨੇ, ਇਹਨਾਂ ਦਾ ਹੱਲ ਕੀਤਾ ਜਾਵੇ, ਪਰ ਪ੍ਰਸ਼ਾਸਨ ਨੇ ਕੋਈ ਵੀ ਹੱਲ ਨਹੀਂ ਕੀਤਾ, ਜਿਸ ਦੇ ਚੱਲਦੇ ਅੱਜ ਇਹਨਾਂ ਅੱਕੇ ਹੋਏ ਕਿਸਾਨਾਂ ਨੇ ਸਾਰੇ ਪਸ਼ੂ ਨੂੰ ਇਕੱਠਾ ਕਰਕੇ ਡੀਸੀ ਦਫ਼ਤਰ ਦੇ ਬਾਹਰ ਛੱਡ ਦਿੱਤਾ। ਆਓ ਸੁਣ ਲੈਂਦੇ ਆ ਹੋਰ ਕੀ ਕੁਝ ਕਿਹਾ ਇਹਨਾਂ ਕਿਸਾਨਾਂ ਨੇ। ਅਸੀਂ ਇਹਨਾਂ ਨੂੰ ਇੱਥੇ ਨਾ ਛੱਡੀਏ, ਕਿਸੇ ਗਊਸ਼ਾਲਾ 'ਚ ਛੱਡਿਆ ਜਾਵੇ, ਕਿਉਂਕਿ ਇਹ ਰੋਡ ਐਕਸੀਡੈਂਟਾਂ ਦਾ ਵੀ ਬੜਾ ਵੱਡਾ ਕਾਰਨ ਨੇ। ਕਈ ਲੋਕ ਮਜ਼ਬੂਰ ਨੇ, ਘਰਾਂ 'ਚੋਂ ਨੌਕਰੀਆਂ ਅਤੇ ਕੰਮਾਂ 'ਤੇ ਧੁੰਦ ਦੇ ਵਿੱਚ ਨਿਕਲਦੇ ਨੇ ਅਤੇ ਗਾਂ ਦੇ ਨਾਲ ਹਾਦਸਾ ਹੋ ਜਾਂਦਾ ਅਤੇ ਉਹ ਜਾਨ ਆਪਦੀ ਗਵਾ ਪੈਂਦੇ ਨੇ, ਪਿੱਛੋਂ ਪਰਿਵਾਰ ਰੁਲ ਜਾਂਦੇ ਨੇ। ਅਸੀਂ ਚਾਹੁੰਦੇ ਸੀ ਕਿ ਇਹ ਪ੍ਰਸ਼ਾਸਨ ਇਹਨਾਂ ਨੂੰ ਕਿਸੇ ਗਊਸ਼ਾਲਾ 'ਚ ਭੇਜਦਾ, ਪਰ ਪ੍ਰਸ਼ਾਸਨ ਵੱਲੋਂ ਕੋਈ ਇਹ ਜੀ ਕਾਰਵਾਈ ਨਹੀਂ ਕੀਤੀ ਗਈ। ਅਸੀਂ ਆਣ ਕੇ ਲਿਖਤੀ ਤੌਰ 'ਤੇ ਵੀ ਪ੍ਰਸ਼ਾਸਨ ਨੂੰ ਦਿੱਤਾ, ਪਰ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਇੰਨੀ ਵਧੀਆ ਢੰਗ ਨਾਲ ਸੁਣੀ। ਸੋ ਅਸੀਂ ਮਜ਼ਬੂਰ ਇਹਨਾਂ ਨੂੰ ਇੱਥੇ ਰੋਡ 'ਤੇ ਉਤਾਰ ਕੇ ਰੋਸ ਕਰਦੇ ਹੋਏ ਸਰਕਾਰ ਖਿਲਾਫ਼ ਆਪਦੇ ਘਰਾਂ ਨੂੰ ਜਾ ਰਹੇ ਹਾਂ। ਇਹ ਸਰਕਾਰ ਦਾ ਫਰਜ਼ ਹੈ। ਆਵਾਰਾ ਬੇਸਹਾਰਾ ਪਸ਼ੂ ਹੈਗੇ ਸੀਗੇ ਜਿਹਨਾਂ ਨੂੰ ਤੁਸੀਂ ਲੈ ਕੇ ਆਏ ਸੀਗੇ, ਕੀ ਨੁਕਸਾਨ ਕਰਦੇ? ਇਹ ਇੱਕ ਪਿੰਡ 'ਚੋਂ ਹੀ ਅਸੀਂ ਲੈ ਕੇ ਆਏ ਹਾਂ ਜੀ 26। ਇਹ ਕਣਕ ਦੀ ਫਸਲ ਜਿਹੜੀ ਪੱਕ ਚੁੱਕੀ ਹੈ, ਤਿਆਰ ਖੜੀ ਹੈ, ਉਹਦਾ ਨੁਕਸਾਨ ਕਰ ਰਹੇ ਨੇ। ਜੇ ਹੁਣ ਕਣਕ ਦੀ ਫਸਲ ਖਰਾਬ ਹੋ ਗਈ ਤਾਂ ਕਿਸਾਨ ਤਾਂ ਪਹਿਲਾਂ ਹੀ ਕਰਜਾਈ ਹੈ, ਉਹਦੇ ਪੱਲੇ ਕੱਖ ਨਹੀਂ ਰਹਿਣਾ। ਇਸ ਵਾਸਤੇ ਅਸੀਂ ਮੰਨਣਾ ਚਾਹੀਦਾ ਸਰਕਾਰ ਦਾ ਫਰਜ਼ ਹੈ ਉਹਨੂੰ ਸੰਭਾਲੇ। ਤਾਂ ਕਿਵੇਂ ਦੇਖਦੇ ਹੈਗੇ ਉਹ, ਕਿਸੇ ਨੇ ਗੱਲ ਨਹੀਂ ਕੀਤੀ ਫਿਰ ਪ੍ਰਸ਼ਾਸਨ ਨੇ ਤੁਹਾਡਾ ਇੱਥੇ ਜਿਹੜਾ ਛੱਡੇ ਆ ਤੁਸੀਂ ਆਵਾਰਾ ਬੇਸਹਾਰਾ ਪਸ਼ੂ, ਇਹਨਾਂ ਨਾਲ ਹਾਦਸੇ ਨਾ ਹੋਣਗੇ ਕਿਉਂਕਿ ਧੁੰਦ ਦਾ ਵੀ ਸੀਜ਼ਨ ਹੈਗਾ? ਪ੍ਰਸ਼ਾਸਨ ਨਾਲ ਅਸੀਂ ਗੱਲ ਕੀਤੀ ਸੀ ਅਤੇ ਉਹ ਕਹਿੰਦੇ ਵੀ ਇਹਨਾਂ ਨੂੰ ਫਰੀਦਕੋਟ ਦੇ ਵਿੱਚ ਪਹੁੰਚਾਇਆ ਜਾਵੇ, ਜਦੋਂ ਕਿ ਉਹ ਡਿਸਟ੍ਰਿਕਟ ਹੀ ਚੇਂਜ ਹੋ ਜਾਂਦਾ। ਅਸੀਂ ਆਪਦੇ ਜ਼ਿਲ੍ਹੇ 'ਚੋਂ ਗਾਵਾਂ ਦੂਜੇ ਜ਼ਿਲ੍ਹੇ 'ਚ ਕਿਵੇਂ ਕਿਸਾਨ ਛੱਡ ਕੇ ਆਵੇਗਾ? ਕਿਸਾਨ ਕੋਈ ਵਿਹਲਾ ਤਾਂ ਹੈ ਹੀ ਨਹੀਂਗਾ, ਕਿਉਂਕਿ ਅਸੀਂ ਸਾਰਾ ਦਿਨ ਤਾਂ ਇਹਨਾਂ ਨੂੰ ਫੜਨ 'ਤੇ ਲੱਗੇ ਰਹੇ ਹਾਂ। ਹੁਣ ਅਸੀਂ ਪ੍ਰਸ਼ਾਸਨ ਨੂੰ ਕਹਿ ਰਹੇ ਸੀ ਵੀ ਸਾਡੇ ਨਾਲ ਆਪਦੇ ਜਾਂ ਮੁਲਾਜ਼ਮ ਭੇਜੋ ਕਿਸੇ ਗਊਸ਼ਾਲਾ 'ਚ, ਸਾਨੂੰ ਕਿਸੇ ਨੇ ਉੱਥੇ ਤਾਰਨ ਨਹੀਂ ਦੇਣੀਆਂ। ਪਰ ਕੋਈ ਮੁਲਾਜ਼ਮ ਸਾਡੇ ਨਾਲ ਨਹੀਂ ਭੇਜਿਆ ਗਿਆ, ਨਾ ਹੀ ਸਾਨੂੰ ਕੋਈ ਲਿਖਤੀ ਤੌਰ 'ਤੇ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ। ਸੋ ਅਸੀਂ ਉਡੀਕ ਕਰ ਕਰਕੇ ਮਜ਼ਬੂਰ ਇਹਨਾਂ ਨੂੰ ਇੱਥੇ ਤਾਰ ਦਿੱਤਾ ਹੈ। ਸਰਕਾਰ ਨੂੰ ਇਹ ਵੀ ਕਹਿੰਦੇ ਹਾਂ ਕਿ ਇਹਨਾਂ ਨੂੰ ਸੰਭਾਲੇ, ਅੱਗੇ ਤੋਂ ਵੀ ਜੇ ਸ਼ਹਿਰ 'ਚ ਵੀ ਫਿਰਦੀਆਂ ਤਾਂ ਵੀ ਸਾਡੇ ਭਾਈਚਾਰਕ ਦੇ ਵਿੱਚ ਇੱਕ ਐਕਸੀਡੈਂਟ ਦਾ ਕਾਰਨ ਹੈ। ਸ਼ਹਿਰਾਂ 'ਚ ਜੇ ਹੋਰ ਨੁਕਸਾਨ ਨਾ ਹੋਵੇਗਾ ਤਾਂ ਐਕਸੀਡੈਂਟ ਦਾ ਕਾਰਨ ਇਹ ਬਣਦੀਆਂ ਨੇ। ਇਹਨਾਂ ਨੂੰ ਪ੍ਰਸ਼ਾਸਨ ਸੰਭਾਲੇ। ਕੀ ਨਾਮ ਹੈ ਤੁਹਾਡਾ ਪੂਰਾ? ਮੇਰਾ ਨਾਮ ਗੁਰਿੰਦਰ ਸਿੰਘ ਖਹਿਰਾ ਜੀ, ਮੈਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਕਰਦਾ ਜੀ ਜ਼ਿਲ੍ਹੇ ਦੀ। ਇਹ ਜੀ ਮਮਦੋੜ ਦੇ ਲਾਗੋਂ ਪਿੰਡ ਟਿੱਬੀ ਕਲਾਂ ਤੋਂ ਅਸੀਂ ਆਵਾਰਾ ਪਸ਼ੂ ਲੈ ਕੇ ਆਏ ਹਾਂ। ਇਹਨਾਂ ਦੀ ਕੁੱਲ ਗਿਣਤੀ 25-26 ਹੈਗੀ ਸੀ, ਜਿਹੜੇ ਕਿ ਅਸੀਂ ਟਰੈਕਟਰ ਟਰਾਲੀਆਂ 'ਤੇ ਲੈ ਕੇ ਆਏ ਹਾਂ। ਕਿੱਥੇ ਛੱਡੇ ਹੈਗੇ ਆ? ਅਸੀਂ ਡੀਸੀ ਸਾਹਿਬ ਨੂੰ, ਜਿੰਨੇ ਵੀ ਇਹਨਾਂ ਡੀਸੀ ਸਾਹਿਬ ਤੋਂ ਪਹਿਲਾਂ ਵੀ ਜਿਹੜੇ ਡੀਸੀ ਸਾਹਿਬ ਸੀ, ਅਸੀਂ ਹਰ ਇੱਕ ਡੀਸੀ ਸਾਹਿਬ ਨੂੰ ਇਹ ਬੇਨਤੀ ਕਰਦੇ ਰਹੇ ਹਾਂ ਜੀ ਵੀ ਜਿਹੜੇ ਆਵਾਰਾ ਡੰਗਰ ਹੈ ਇਹਨਾਂ 'ਤੇ ਕੰਟਰੋਲ ਕਰੋ, ਇਹਨਾਂ ਦਾ ਕੋਈ ਸਿਹਤ ਸੰਭਾਲ ਕਰੋ। ਤਾਂ ਅਸੀਂ ਬਹੁਤ ਤੰਗ ਹਾਂ, ਜਦੋਂ ਵੀ ਸਿਆਲ ਆਉਂਦਾ ਲੋਕ ਘਰਾਂ ਤੋਂ ਰੱਸੇ ਲਾਹ ਦਿੰਦੇ ਆ, ਉਹ ਆ ਕੇ ਸਾਡੀ ਸਿਰਦਰਦੀ ਬਣ ਜਾਂਦੇ ਆ। ਇਹ ਵੇਖੋ ਤੁਸੀਂ ਇਹ ਹਿਸਾਬ ਲਾ ਲਓ ਵੀ ਇੱਕ ਪਿੰਡ ਦੇ ਵਿੱਚ 25-26 ਡੰਗਰ ਨੇ ਜਿਹੜੇ ਆਵਾਰਾ, ਰਾਤ ਨੂੰ ਜਿਹੜੇ ਕਣਕ ਦੇ ਖੇਤ ਵਿੱਚ ਪੈਂਦੇ ਨੇ ਬਿਲਕੁਲ ਐਂ ਫਨਾਹ ਕਰ ਦਿੰਦੇ ਨੇ। ਕੋਈ ਇਹਨਾਂ ਨੇ ਸਾਡੇ ਪਿੰਡ ਦਾ ਪੱਠਾ ਨਹੀਂ ਛੱਡਿਆ, ਕੋਈ ਕਣਕ ਦਾ ਖੇਤ ਨਹੀਂ ਛੱਡਿਆ, ਕੋਈ ਹੋਰ ਵੀ ਜਿਹੜੇ ਮਟਰ ਬੂਟਰ ਬੀਜੇ ਆ ਲੋਕ ਕਿਸਾਨਾਂ ਨੇ, ਉਹ ਸਾਰਿਆਂ ਨੂੰ ਹੀ ਖਰਾਬ ਕਰੀ ਜਾਂਦੇ ਆ। ਬਾਬਾ ਜੀ ਇਹ ਜਿਹੜੇ ਪਸ਼ੂ ਨੇ, ਇਹ ਜਿਹੜੇ ਦੁੱਧ ਚੋਂਦੇ ਪਸ਼ੂ ਹੈਗੇ ਜਿਹੜੇ ਦੇਣਾ ਬੰਦ ਕਰ ਜਾਂਦੇ ਆ, ਇਹ ਉਹ ਪਸ਼ੂ ਹੈਗੇ ਕਿਹੜੇ ਬੇਸਹਾਰਾ ਜਿਹੜੇ ਵਾਰਾ ਪਸ਼ੂ ਹੈਗੇ ਨੇ ਜਿਹੜੇ ਲੋਕ ਛੱਡ ਦਿੰਦੇ ਆ? ਇਹ ਜੀ ਜਦੋਂ ਦੁੱਧ ਚੋਈ ਜਾਂਦੇ ਨੇ ਜਦੋਂ ਦੁੱਧ ਦੇਣਾ ਪਸ਼ੂ ਬੰਦ ਕਰ ਦਿੰਦਾ ਆ, ਇਹ ਖਾਸ ਕਰਕੇ ਜਿਹੜਾ ਗੋਕਾ ਕਿਸਮ ਦਾ ਪਸ਼ੂ ਆ ਜਿਹਨੂੰ ਆਪਾਂ ਗਊ ਕਹਿ ਦਿੰਦੇ ਹਾਂ, ਇਹ ਪਤਾ ਨਹੀਂ ਕਿਹੜੀ ਇਹਨਾਂ ਦੇ ਵਿੱਚ ਹੈਗੀ ਹੈ, ਇਹ ਜਦੋਂ ਹੀਟ 'ਤੇ ਆਉਂਦੀਆਂ ਨੇ ਉਦੋਂ ਖਲੋਂਦੀਆਂ ਨਹੀਂ ਗਈਆਂ ਇਹ। ਤਾਂ ਫਿਰ ਉਹਨਾਂ ਨੂੰ ਸੰਭਾਲਣੀਆਂ ਵੀ ਚਾਹੀਦੀਆਂ ਹੈਗੀਆਂ ਕਿ ਨਹੀਂ ਸੰਭਾਲਣੀਆਂ ਚਾਹੀਦੀਆਂ ਹੈਗੀਆਂ? ਇਹ ਜੀ ਮੈਂ ਬੇਨਤੀ ਸਰਕਾਰ ਨੂੰ ਇਹ ਕਰਦਾ ਵਾਂ ਕਿ ਇਹਨਾਂ ਦੀ ਕੋਈ ਰਜਿਸਟ੍ਰੇਸ਼ਨ ਕੀਤੀ ਜਾਵੇ ਹਰ ਘਰ ਦੇ ਵਿੱਚ, ਜਿਵੇਂ ਕਿ ਵੋਟਾਂ ਬਣਦੀਆਂ ਨੇ, ਜੇ ਵੋਟਾਂ ਗਿਣਤੀ ਹੋ ਸਕਦੀ ਹੈ ਘਰ 'ਚ 5-3-8 ਨੇ, ਪਸ਼ੂਆਂ ਦੀ ਵੀ ਇਸੇ ਤਰ੍ਹਾਂ ਹੋਣੀ ਚਾਹੀਦੀ ਆ। ਉਹਨਾਂ ਨੂੰ ਨੰਬਰ ਅਲਾਟ ਹੋਣੇ ਚਾਹੀਦੇ ਆ, ਰਜਿਸਟ੍ਰੇਸ਼ਨ ਨੰਬਰ ਹੋਵੇ ਪਸ਼ੂ ਦਾ, ਪਤਾ ਲੱਗ ਜਾਵੇ ਰਜਿਸਟਰ ਦੇ ਵਿੱਚ ਚੜ੍ਹਾ ਹੋਵੇ ਵੀ ਇਹ ਪਸ਼ੂ ਫਲਾਣੇ ਘਰ ਦਾ ਹੈ। ਇਸ ਕਰਕੇ ਇਹ ਜ਼ਿੰਮੇਵਾਰੀ ਬਣਦੀ ਸਰਕਾਰ ਦੀ। ਤਾਂ ਹੁਣ ਇਹ ਕਿੱਥੇ ਛੱਡੇ ਤੁਸੀਂ? ਅਸੀਂ ਡੀਸੀ ਫਿਰੋਜ਼ਪੁਰ ਦੇ ਦਫ਼ਤਰ ਦੇ ਸਾਹਮਣੇ ਅਸੀਂ ਲਾ ਕੇ ਚੱਲੇ ਹਾਂ। ਸਾਡੇ ਜਿਹੜੇ ਕੁਛ ਮੋਹਤਬਾਰ ਆਗੂ ਸੀ ਭਾਰਤੀ ਕਿਸਾਨ ਯੂਨੀਅਨ ਦੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ, ਇਹਨਾਂ ਨੇ ਜਾ ਕੇ ਡੀਸੀ ਸਾਹਿਬ ਨੂੰ ਮਿਲਣਾ ਚਾਹਿਆ, ਡੀਸੀ ਸਾਹਿਬ ਮਿਲੇ ਨਹੀਂ। ਇਹਨਾਂ ਨੇ ਏਡੀਸੀ ਸਾਹਿਬ ਨੂੰ ਬੇਨਤੀ ਕੀਤੀ ਵੀ ਆ ਜੀ ਅਸੀਂ ਪਸ਼ੂ ਲੈ ਕੇ ਆਏ ਹਾਂ, ਉਹਨਾਂ ਨੇ ਗੋਂਗਲਾਂ ਤੋਂ ਮਿੱਟੀ ਝਾੜਦੇ ਹੋਏ ਆਖਿਆ
ਸਾਡੀ ਟੈਲੀਫੋਨ 'ਤੇ ਗਊਸ਼ਾਲਾ ਫਰੀਦਕੋਟ ਨਾਲ ਗੱਲ ਹੋ ਚੁੱਕੀ ਆ, ਜਾ ਕੇ ਫਰੀਦਕੋਟ ਲੈ ਜਾਓ। ਅਸੀਂ ਉਹਨਾਂ ਨੂੰ ਦੁਬਾਰਾ ਬੇਨਤੀ ਕੀਤੀ ਆ ਕਿ ਜੇ ਸਾਨੂੰ ਕੋਈ ਚਿੱਠੀ ਪੱਤਰ ਕੋਈ ਲੈਟਰ ਦਿੱਤਾ ਜਾਵੇ ਤਾਂ ਕਿ ਅਸੀਂ ਉੱਥੇ ਜਾ ਕੇ ਡੰਗਰਾਂ ਨੂੰ ਜਮ੍ਹਾਂ ਕਰਾਈਏ। ਸਾਨੂੰ ਜੇ 2 ਘੰਟੇ ਇੱਥੇ ਡੀਕਦੇ ਰਹੇ ਹਾਂ, ਸਾਨੂੰ ਕੋਈ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ, ਇਸ ਕਰਕੇ ਸਾਨੂੰ ਮਜਬੂਰਨ ਡੀਸੀ ਦਫ਼ਤਰ ਦੇ ਸਾਹਮਣੇ ਇਹ ਗਊਆਂ ਨੂੰ ਅਵਾਰਾ ਡੰਗਰਾਂ ਨੂੰ ਲਾਉਣਾ ਪਿਆ। ਦੂਜੀ ਬੇਨਤੀ ਕਿ ਇਹਨਾਂ ਦੇ ਅਵਾਰਾ ਪਸ਼ੂਆਂ ਦੇ ਕਾਰਨ ਪੰਜਾਬ ਦੇ ਵਿੱਚ ਇੰਨੀਆਂ ਕੁ ਐਕਸੀਡੈਂਟ, ਇੰਨੀਆਂ ਕੁ ਮੌਤਾਂ ਹੁੰਦੀਆਂ ਨੇ, ਦੱਸੋ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ? ਇਸ ਕਰਕੇ ਵੀਰੋ ਅਸੀਂ ਤਾਂ ਇਹੀ ਬੇਨਤੀਆਂ ਕਰਦੇ ਹਾਂ। ਮੇਰਾ ਨਾਂ ਗੁਰਦਿਆਲ ਸਿੰਘ, ਪਿੰਡ ਟਿੱਬੀ ਕਲਾਂ, ਥਾਣਾ ਮਮਦੋਟ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂ ਜੋਨ ਦਾ ਖਜਾਨਚੀ ਹਾਂ। ਇਸ ਕਰਕੇ ਅਸੀਂ ਇਹੀ ਬੇਨਤੀਆਂ ਕਰਦੇ ਹਾਂ ਵੀ ਗਾਂਹ ਵਾਸਤੇ ਕੰਟਰੋਲ ਕੀਤਾ ਜਾਵੇ। ਇਹ ਇਕੱਲੇ ਸਾਡੇ ਪਿੰਡ ਦੀ ਸਮੱਸਿਆ ਨਹੀਂ ਹੈਗੀ, ਇਹ ਤਾਂ ਸਾਡੇ ਪਿੰਡ ਦੇ ਛੱਡ ਕੇ ਗਏ ਹਾਂ, ਸਾਰੇ ਪਿੰਡਾਂ ਦੇ ਵਿੱਚ ਇਹ ਹਾਲਤ ਹੋਈ ਪਈ ਆ।